गोद विच एक छोटा जा बच्चा चक्या होया है ते उसनु संघर्ष दे विच लैके आए ने। ਵੀਰ ਜੀ ਐਕਚੁਲੀ ਕੀ ਅਸੀਂ ਅੰਦਰੋਂ ਤੋਂ ਸ਼ੁਰੂ ਤੋਂ ਜੁੜੇ ਹਾਂ, ਆ ਮੇਰੇ ਦੋਨੇ ਬੱਚੇ ਪਤਾ ਨਹੀਂ ਕਿੰਨੀ ਵਾਰ ਆ ਚੁੱਕੇ ਨੇ, ਗਿਣਤੀ ਨਹੀਂ ਹੈਗੀ। ਤੁਹਾਨੂੰ ਡਰ ਨਹੀਂ ਲੱਗਾ ਕਿ ਉਹਦੇ ਬੱਚੇ ਨੂੰ ਮੈਂ ਲੈ ਕੇ ਆ ਰਹੀ ਹਾਂ ਠੰਡ ਨਾ ਲੱਗ ਜਾਏ ਜਵਾਕ ਨੂੰ? ਨਹੀਂ ਸਰ, ਮੈਨੂੰ ਬਿਲਕੁਲ ਡਰ ਨਹੀਂ ਲੱਗਾ ਕਿਉਂਕਿ ਇਹ ਸਿੱਖਿਆ ਸਾਨੂੰ ਆਪਣੀ ਮਾਤਾ ਗੁਜਰ ਜੀ ਕੋਲੋਂ ਮਿਲੀ ਆ। ਕਿ ਜਦੋਂ ਸਾਡੀ 80 ਸਾਲ ਦੀ ਮਾਤਾ ਠੰਡੇ ਬੁਰਜ ਵਿੱਚ ਬੈਠ ਸਕਦੀ ਆ ਤਾਂ ਫਿਰ ਅਸੀਂ ਧੀਆਂ ਉਹਨਾਂ ਦੀਆਂ ਹੀ ਆ ਤੇ ਸਾਡੇ ਅੰਦਰ ਵੀ ਉਹੀ ਜਜ਼ਬਾ ਆ। ਜ਼ਿੰਦਾਬਾਦ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਮਨਪ੍ਰੀਤ ਤੋਲਕ, ਸਿੰਘੂ ਬਾਰਡਰ ਕਿਸਾਨੀ ਸੰਘਰਸ਼ ਦੇ ਵਿੱਚ ਮੌਜੂਦ ਹਾਂ। ਇਸ ਸੰਘਰਸ਼ ਦੇ ਵਿੱਚ ਬਹੁਤ ਲੋਕਾਂ ਦਾ ਯੋਗਦਾਨ ਰਿਹਾ, ਤਾਂ ਹੀ ਕਿਤੇ ਜਾ ਕੇ ਇਹ ਸੰਘਰਸ਼ 1 ਸਾਲ ਦਾ ਹੋਇਆ। ਸੰਘਰਸ਼ ਦੇ ਵਿੱਚ ਜਿੱਥੇ ਬਜ਼ੁਰਗਾਂ ਨੇ ਆਪਣਾ ਯੋਗਦਾਨ ਪਾਇਆ, ਨੌਜਵਾਨਾਂ ਨੇ ਪਾਇਆ, ਔਰਤਾਂ ਨੇ, ਤਾਂ ਉੱਥੇ ਪਰਿਵਾਰ ਦੀ ਪਰਿਵਾਰ ਇਸ ਸੰਘਰਸ਼ ਦੇ ਵਿੱਚ ਪਹੁੰਚੇ। ਕਈ ਲੋਕ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਪਹੁੰਚੇ। ਅੱਜ ਸਾਡੇ ਨਾਲ ਇੱਕ ਫੈਮਿਲੀ ਹੈ ਜਿਸਦੇ ਗੋਦ ਵਿੱਚ ਇੱਕ ਛੋਟਾ ਜਿਹਾ ਬੱਚਾ ਚੱਕਿਆ ਹੋਇਆ ਹੈ ਅਤੇ ਉਸਨੂੰ ਸੰਘਰਸ਼ ਦੇ ਵਿੱਚ ਲੈ ਕੇ ਆਏ ਨੇ। ਠੰਡ ਦੇ ਦਿਨ ਨੇ ਪਰ ਫਿਰ ਵੀ ਆਪਣੇ ਪੂਰੇ ਪਰਿਵਾਰ ਦੇ ਨਾਲ ਸੰਘਰਸ਼ ਦੇ ਵਿੱਚ ਆਏ ਨੇ। ਗੱਲਬਾਤ ਕਰਾਂਗੇ ਕਿ ਕੀ ਖਾਸ ਕਾਰਨ ਹੈ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਨਾਮ ਹੈ, ਕਿੱਥੋਂ ਆਏ? ਵੀਰ ਜੀ, ਮੇਰਾ ਨਾਮ ਜਗਜੀਤ ਸਿੰਘ ਭੁੱਲਰ ਆ, ਮੈਂ ਜਸਪੁਰ ਉੱਤਰਾਖੰਡ ਤੋਂ ਆਇਆ ਵਾਂ ਅਤੇ ਆਹ ਮੇਰੀ ਵਾਈਫ ਹਰਪ੍ਰੀਤ ਕੌਰ ਆ, ਮੇਰੀ ਬੇਟੀ ਤਰਨਪ੍ਰੀਤ, ਪਰਮਵੀਰ ਸਿੰਘ ਔਰ ਮੇਰੀ ਨਿੱਕੀ ਜੀ ਜਾਨ ਅਸੀਸ ਕੌਰ। ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਆਏ ਹੋ, ਠੰਡ ਦੇ ਦਿਨ ਹੈ, ਕੀ ਖਾਸ ਕਾਰਨ? ਵੀਰ ਜੀ ਐਕਚੁਲੀ ਕੀ ਅਸੀਂ ਅੰਦਰੋਂ ਤੋਂ ਸ਼ੁਰੂ ਤੋਂ ਜੁੜੇ ਹਾਂ, ਆ ਮੇਰੇ ਦੋਨੇ ਬੱਚੇ ਪਤਾ ਨਹੀਂ ਕਿੰਨੀ ਵਾਰ ਆ ਚੁੱਕੇ ਨੇ, ਗਿਣਤੀ ਨਹੀਂ ਹੈਗੀ, ਅਤੇ ਇਹ ਮੇਰੀ ਬੇਟੀ ਅਜੇ ਕੱਲ੍ਹ ਨੂੰ 3 ਮਹੀਨੇ ਦੀ ਹੋਣੀ ਆ। ਇਹਨਾਂ ਦੀ ਹਾਜ਼ਰੀ ਵੱਡੇ ਬੱਚੇ ਦੀ ਲੱਗੀ ਸੀ, ਇਹਦੀ ਹਾਜ਼ਰੀ ਲੱਗੀ ਸੀ। ਮੇਰੀ ਵਾਈਫ ਵੀ ਕਹਿੰਦੀ ਸੀ ਕਿ ਆਪਣੇ ਬੱਚੇ ਉੱਥੇ ਇੰਨੇ ਟਾਈਮ ਗਏ ਆ, ਇੰਨਾ ਟਾਈਮ ਕੱਢਿਆ ਵਾ, ਆਪਾਂ ਹਰ ਸੰਗਤ 'ਚ ਹਰ ਮੋੜ 'ਤੇ ਆਪਾਂ ਨਾਲ ਤੁਰੇ ਹਾਂ, ਆ ਮੇਰੀ ਬੇਟੀ ਕਿਤੇ ਇਸ ਤੋਂ ਵਾਂਝੀ ਨਾ ਰਹਿ ਜੇ, ਅਤੇ ਇਹਦੀ ਹਾਜ਼ਰੀ ਲਾਉਣੀ ਬਹੁਤ ਜ਼ਰੂਰੀ ਸੀ ਕਿ ਕੱਲ੍ਹ ਨੂੰ ਇਹ ਜਦੋਂ ਵੱਡੀ ਹੋਏਗੀ ਨਾ, ਫੋਟੋਆਂ ਦਿਖਾਵਾਂਗੇ, ਫਿਰ ਇਹ ਪੁੱਛੇਗੀ ਅੰਦੋਲਨ ਕਿਹੜਾ ਕਿਹੜਾ ਅੰਦੋਲਨ, ਅਤੇ ਇਹਦੇ ਅੰਦਰ ਇੱਕ ਜਿਗਿਆਸਾ ਹੋਏਗੀ ਕਿ ਮੈਂ ਸੁਣਾ ਕਿ ਉੱਥੇ ਗਈ ਸੀ ਤਾਂ ਕੀ ਇਹੋ ਜਿਹਾ ਸੀਗਾ, ਅਤੇ ਫਿਰ ਆਪਾਂ ਨੂੰ ਦੱਸਾਂਗੇ ਕਿ ਜਿੱਤ ਆਪਾਂ ਕਿਸਾਨੀ ਅੰਦੋਲਨ ਸੀਗਾ ਕਿੱਦਾਂ ਸ਼ੁਰੂ ਕੀਤਾ, ਕਿੰਨੇ ਆਪਣੇ ਔਕੜਾਂ ਸਹਿ ਕੇ ਫਿਰ ਜਿੱਤ ਕੇ ਆਏ ਸੀਗੇ। ਤੁਸੀਂ ਕਿਹਾ ਕਿ ਪਹਿਲਾਂ ਵੀ ਬੱਚੇ ਆ ਚੁੱਕੇ ਆ, ਬੱਚੇ ਘਰੇ ਜਾ ਕੇ ਸਵਾਲ ਕਰਦੇ ਆ ਵੀ ਆਪਾਂ ਉੱਥੇ ਕਿਉਂ ਜਾਂਦੇ ਆ, ਪਾਪਾ ਉੱਥੇ ਕੀ ਚੀਜ਼ ਹੈ, ਸਵਾਲ ਕਰਦੇ ਆ, ਕੁਛ ਸਮਝ ਆਈ ਇਹਨਾਂ ਨੂੰ? ਨਹੀਂ, ਦੱਸਣ ਦੀ ਲੋੜ ਹੀ ਨਹੀਂ ਨਾ, ਉਹ ਪੁੱਛਦੇ ਆ ਕਿਉਂਕਿ ਇਹਨਾਂ ਪਤਾ ਵਾ, ਕਿਉਂਕਿ ਬੱਚੇ ਅੱਜ ਕੱਲ੍ਹ ਐਕਟਿਵ ਆ, ਸੋਸ਼ਲ ਮੀਡੀਆ ਸਭ ਕੁਝ ਦੇਖਦੇ ਆ, ਅਤੇ ਇਹਨਾਂ ਨੂੰ ਲਗਭਗ ਸਭ ਜਾਣਕਾਰੀ ਹੈਗੀ ਆ ਕਿ ਅਸੀਂ, ਕਿਉਂਕਿ ਮੈਂ ਰੈਗੂਲਰ ਹੀ ਇੱਥੇ ਬਾਰਡਰ 'ਤੇ ਆਉਂਦਾ ਰਹਿੰਦਾ, ਮਹੀਨੇ 'ਚ ਹਰ ਮਹੀਨੇ 10-12 ਦਿਨ ਮੇਰੇ ਇੱਥੇ ਲੱਗਦੇ ਆ, ਅਤੇ ਸਾਡੇ ਵੀਰ ਆ ਜਸਪੁਰ ਤੋਂ ਸਾਰੇ ਅਧਿਆਪਕ ਸਾਹਿਬ ਨੇ, ਅਸੀਂ ਰੈਗੂਲਰ ਰਹੇ ਇੱਥੇ, ਅਤੇ ਬੱਚਿਆਂ ਨੂੰ ਪਤਾ ਵਾ, ਸੋਸ਼ਲ ਮੀਡੀਆ ਵੇਖਦੇ ਆ, ਘਰ ਚਰਚਾ ਹੁੰਦੀ ਆ, ਕਿਉਂਕਿ ਜਦੋਂ ਵੀ ਅੰਦੋਲਨ ਸ਼ੁਰੂ ਹੋਇਆ ਹਰ ਗੱਲ 'ਚ ਆਪਾਂ ਅੰਦੋਲਨ ਦੀ ਹੀ ਗੱਲ ਕਰ ਰਹੇ ਹਾਂ, ਅਤੇ ਬੱਚੇ ਨੇ ਹੁਸ਼ਿਆਰ ਨੇ ਬੈਠ ਕੇ ਸੁਣ ਕੇ ਹੀ ਸਮਝ ਆਉਂਦੇ ਕੀ ਚੱਲ ਰਿਹਾ, ਕਦੇ ਸਵਾਲ ਨਹੀਂ ਕੀਤਾ, ਸਮਝ ਪੂਰੀ ਆ। ਮੈਡਮ, ਤੁਸੀਂ ਅੱਜ ਸੰਘਰਸ਼ 'ਤੇ ਆਏ ਹੋ, ਨਿੱਕਾ ਜਿਹਾ ਬੱਚਾ ਗੋਦ ਚੱਕਿਆ ਹੋਇਆ, ਕਹਿੰਦੇ ਮਾਂ ਦੇ ਲਈ ਉਸਦੇ ਬੱਚੇ ਜਿਗਰ ਦਾ ਟੁਕੜਾ ਹੁੰਦੇ ਆ, ਤੁਹਾਨੂੰ ਡਰ ਨਹੀਂ ਲੱਗਾ ਕਿ ਉਹਦੇ ਬੱਚੇ ਨੂੰ ਮੈਂ ਲੈ ਕੇ ਆ ਰਹੀ ਹਾਂ ਠੰਡ ਨਾ ਲੱਗ ਜਾਏ ਜਵਾਕ ਨੂੰ? ਨਹੀਂ ਸਰ, ਮੈਨੂੰ ਬਿਲਕੁਲ ਡਰ ਨਹੀਂ ਲੱਗਾ ਕਿਉਂਕਿ ਇਹ ਸਿੱਖਿਆ ਸਾਨੂੰ ਆਪਣੀ ਮਾਤਾ ਗੁਜਰ ਜੀ ਕੋਲੋਂ ਮਿਲੀ ਆ। ਉਹਨਾਂ ਨੇ ਆਪਣੇ ਛੋਟੇ ਛੋਟੇ ਪੋਤਿਆਂ ਨੂੰ ਲੈ ਕੇ ਜਿੱਦਾਂ ਸਰਸਾ ਨਦੀ ਪਾਰ ਕੀਤੀ, ਅਸੀਂ ਉਹਨਾਂ ਨੂੰ ਉਹ ਸਭ ਕੁਝ ਦੇਖਿਆ ਤੇ ਆਪਣੇ ਆਪ ਨੂੰ ਮਹਿਸੂਸ ਕੀਤਾ ਆਪਣੇ ਅੰਦਰ ਕਿ ਜਦੋਂ ਸਾਡੀ 80 ਸਾਲ ਦੀ ਮਾਤਾ ਠੰਡੇ ਬੁਰਜ ਵਿੱਚ ਬੈਠ ਸਕਦੀ ਆ ਕਿ ਮੈਂ ਆਪਣੀ ਬੇਟੀ ਨੂੰ ਵਧੀਆ ਕੱਪੜੇ ਪਹਿਨਾ ਕੇ ਇੱਥੇ ਨਹੀਂ ਲਿਆ ਸਕਦੀ, ਜਦੋਂ ਸਾਡੀ 80 ਸਾਲ ਦੀ ਮਾਤਾ ਦੇ ਅੰਦਰ ਇੰਨਾ ਜਜ਼ਬਾ ਹੈ ਨਾ ਵੀਰ ਜੀ, ਤਾਂ ਫਿਰ ਅਸੀਂ ਧੀਆਂ ਉਹਨਾਂ ਦੀਆਂ ਹੀ ਆ ਤੇ ਸਾਡੇ ਅੰਦਰ ਵੀ ਉਹੀ ਜਜ਼ਬਾ ਆ। ਤੇ ਵੱਡੀ ਗੱਲ ਕਰੀ ਤੁਸੀਂ, ਬਹੁਤ ਮਨ ਸੀ ਮੇਰਾ ਇੱਥੇ ਆਉਣ ਦਾ, ਮੈਂ ਨਹੀਂ ਸੀ ਆਈ, ਮੈਂ ਅੱਜ ਫਸਟ ਟਾਈਮ ਆਈ ਹਾਂ, ਤਾਂ ਮੈਨੂੰ ਬਹੁਤ ਵਧੀਆ ਲੱਗਾ ਇੱਥੇ ਆ ਕੇ, ਤੇ ਪਹਿਲਾਂ ਮੇਰਾ ਥੋੜਾ ਦਿਲ ਦੁਖਿਆ ਕਿ ਹਾਏ ਮੇਰੇ ਕਿਸਾਨ ਵੀਰ ਕਿੱਦਾਂ ਇੱਥੇ ਰਹਿੰਦੇ ਸੀਗੇ, ਪਰ ਜਿਹੜੀ ਜਿੱਤ ਹੋਈ ਆ ਇਹਦੀ ਮਿਸਾਲ ਪੂਰੀ ਦੁਨੀਆ ਦੇਗੀ ਔਰ ਰਹਿੰਦੀ ਦੁਨੀਆ ਤੱਕ ਇਸ ਮੋਰਚੇ ਦਾ ਨਾਮ ਰਹੇਗਾ। ਕਿ ਕਈ ਲੋਕ ਘਰਾਂ ਦੇ ਵਿੱਚ ਬੈਠੇ ਨੇ ਪਰ ਇਹ ਅਜਿਹੇ ਪਰਿਵਾਰ ਵੀ ਨੇ, ਇਹ ਅਜਿਹੇ ਪਰਿਵਾਰਾਂ ਦੇ ਕਰਕੇ ਸ਼ਾਇਦ ਇਹ ਸੰਘਰਸ਼ ਇੰਨਾ ਮਜ਼ਬੂਤ ਬਣਿਆ ਕਿ ਇਹ ਸੰਘਰਸ਼ ਇੰਨਾ ਲੰਮਾ ਚੱਲਿਆ ਅਤੇ ਬੱਚਿਆਂ ਨੂੰ ਵੀ ਇੱਥੇ ਲੈ ਕੇ ਆਏ, ਕਿਉਂਕਿ ਇਹ ਸੰਘਰਸ਼ ਸੱਚਮੁੱਚ ਇਤਿਹਾਸ ਬਣੂਗਾ ਅਤੇ ਆਉਣ ਵਾਲੇ ਸਮਿਆਂ ਦੇ ਵਿੱਚ ਇਸ ਸੰਘਰਸ਼ ਦੀ ਗੱਲਬਾਤ ਹੋਊਗੀ, ਸੁਨਹਿਰੀ ਅੱਖਰਾਂ ਦੇ ਵਿੱਚ ਇਤਿਹਾਸ ਦੇ ਵਿੱਚ ਇਹ ਸੰਘਰਸ਼ ਲਿਖਿਆ ਜਾਏਗਾ ਅਤੇ ਜਿਹਨੇ ਜਿਹਨੇ ਵੀ ਯੋਗਦਾਨ ਪਾਇਆ ਉਸਦਾ ਨਾਮ ਵੀ ਇਤਿਹਾਸ ਦੇ ਵਿੱਚ ਲਿਖਿਆ ਜਾਏਗਾ, ਉਹ ਛੋਟੀ ਜਿਹੀ ਬੱਚੀ ਦਾ ਨਾਮ ਵੀ ਇਸ ਸੰਘਰਸ਼ ਦੇ ਇਤਿਹਾਸ ਦੇ ਵਿੱਚ ਲਿਖਿਆ ਜਾਏਗਾ। ਜੇ ਹਾਲੇ ਵੀ ਤੁਸੀਂ ਘਰਾਂ ਦੇ ਵਿੱਚ ਬੈਠੇ ਹੋ ਤਾਂ ਇਹਨਾਂ ਪਰਿਵਾਰਾਂ ਨੂੰ ਦੇਖੋ, ਇਹਨਾਂ ਤੋਂ ਕੁਝ ਸਿੱਖੋ ਅਤੇ ਸੰਘਰਸ਼ ਦੇ ਵਿੱਚ ਜਿੰਨਾ ਵੀ ਯੋਗਦਾਨ ਪਾ ਸਕਦੇ ਹੋ, ਭਾਵੇਂ 1 ਦਿਨ ਦੇ ਲਈ, ਭਾਵੇਂ ਕੁਝ ਘੰਟਿਆਂ ਦੇ ਲਈ, ਇਹ ਸੰਘਰਸ਼ ਦਾ ਹਿੱਸਾ ਜ਼ਰੂਰ ਬਣੋ। ਜਿਹੜੇ ਕਿਸਾਨ ਇੱਥੇ ਰਹਿੰਦੇ ਨੇ ਉਹਨਾਂ ਦੀਆਂ ਮੁਸੀਬਤਾਂ ਉਹ ਦੇਖੋ ਕਿ ਕਿਵੇਂ ਝੱਲੀਆਂ ਹੋਣਗੀਆਂ, ਕਿਵੇਂ ਸਮਾਂ ਕੱਟਿਆ ਹੋਊਗਾ, ਸਭ ਨੂੰ ਮਹਿਸੂਸ ਕਰਨ ਲਈ ਸੰਘਰਸ਼ ਦੇ ਵਿੱਚ ਪੈਰ ਜ਼ਰੂਰ ਪਾਓ।
बाकी होर खबर वाली तुसी जुड़े रहो जिंदाबाद चैनल दे नाल। कैमरामैन दीप बाजवा दे नाल मैं मनप्रीत तौलक सिंघू बॉर्डर।